ਪੂਰਾ ਪੰਜਾਬ ਹਾਈ ਅਲਰਟ ਤੇ ਕਿਉਂ ਹੈ? ਕਿਹੜੇ ਸਕੂਲ ਪੰਜਾਬ ਦੇ ਵਿੱਚ ਮੁੜ ਤੋਂ ਬੰਦ ਕਰ ਦਿੱਤੇ ਗਏ ਨੇ? ਉਡਾਣਾ ਤੇ ਮੁੜ ਕਿਹੜੇ ਮੁਲਕ ਨੇ ਪਾਬੰਦੀ ਵਧਾਈ ਹੈ? ਸਤਿ ਸ੍ਰੀ ਅਕਾਲ ਜੀ, ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਖਾਸ ਤੇ ਅਹਿਮ ਖਬਰਾਂ ਦੱਸਾਂਗੇ। ਸਭ ਤੋਂ ਪਹਿਲੀ ਖਬਰ, ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ। ਅੰਮ੍ਰਿਤਸਰ ਇਲਾਕੇ ਦੇ ਸਰਹੱਦੀ ਪਿੰਡ ਡਾਲੇਕੇ ਦੇ ਵਿੱਚੋਂ ਟਿਫਨ ਬੰਬ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਇਹ ਫੈਸਲਾ ਲਿਆ ਹੈ। ਸਾਰੇ ਸੂਬੇ ਦੇ ਵਿੱਚ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ। ਆਜ਼ਾਦੀ ਦਿਹਾੜੇ ਯਾਨੀ ਕਿ 15 ਅਗਸਤ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਕੀ ਨਗਰੀ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਪੂਰੇ ਸੂਬੇ ਦੇ ਵਿੱਚ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਨਾਲ SP ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਾ ਦਿੱਤੇ ਗਏ ਨੇ। DSP ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ DGP ਦਿਨਕਰ ਗੁਪਤਾ ਅਤੇ SSP ਹਰਮਨਵੀਰ ਸਿੰਘ ਗਿੱਲ ਦੀਆਂ ਹਦਾਇਤਾਂ 'ਤੇ ਖਾਸ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਪੂਰੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ। ਯਾਨੀ ਕਿ SSPs ਦੇ ਨਾਲ SP ਪੱਧਰ ਦੇ 22 ਅਧਿਕਾਰੀ ਤੈਨਾਤ ਕਰ ਦਿੱਤੇ ਗਏ ਨੇ। ਪੂਰੇ ਪੰਜਾਬ 'ਚ ਥਾਂ ਥਾਂ ਨਾਕੇਬੰਦੀ ਕਰ ਦਿੱਤੀ ਗਈ ਹੈ। ਸਤਲੁਜ ਦਰਿਆ ਅਤੇ ਹੋਰ ਕਈ ਅਹਿਮ ਸਥਾਨਾਂ 'ਤੇ ਪੁਲਿਸ ਦੀ ਗਸ਼ਤ ਹੈ ਜਿਹੜੀ ਉਹ ਤੇਜ਼ ਕਰ ਦਿੱਤੀ ਗਈ ਹੈ। ਸੂਬੇ 'ਚ ਹਾਈ ਅਲਰਟ ਦੌਰਾਨ 15 ਅਗਸਤ 'ਤੇ ਸੁਰੱਖਿਆ ਦੀ ਪੁਖਤਾ ਵਿਵਸਥਾ ਕੀਤੇ ਜਾਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਸ਼ੱਕੀ ਲੋਕਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਹੁਣ ਪੁਲਿਸ ਰੱਖ ਰਹੀ ਹੈ। ਖੁਫੀਆ ਏਜੰਸੀਆਂ ਵੀ ਸੁਚੇਤ ਹੋ ਗਈਆਂ ਨੇ। ਏਅਰਪੋਰਟ, ਬੱਸ ਅੱਡੇ ਅਤੇ ਹੋਰ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗਸ਼ਤ ਤੇਜ਼ ਕਰਨ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਅੰਤਰ ਜ਼ਿਲ੍ਹਾ ਹੱਦਾਂ ਦੇ ਉੱਤੇ ਨਾਕੇ ਲਾ ਦਿੱਤੇ ਗਏ ਨੇ। ਯਾਨੀ ਕਿ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਜੇ ਤੁਸੀਂ ਦਾਖਲ ਹੋਣਾ ਤਾਂ ਉੱਥੇ ਵੀ ਤੁਹਾਨੂੰ ਨਾਕੇਬੰਦੀ ਮਿਲੇਗੀ ਅਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਹਰ ਇੱਕ ਵਾਹਨ ਦੀ ਨਹੀਂ, ਸ਼ੱਕੀ ਵਾਹਨਾਂ ਦੀ ਪੁਲਿਸ ਤਲਾਸ਼ੀ ਲੈਂਦੀ ਹੈ। ਸੋ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਹੈ ਅਤੇ ਅਜਿਹਾ 15 ਅਗਸਤ ਤੱਕ ਲਗਾਤਾਰ ਰਹੇਗਾ। ਐਮਰਜੈਂਸੀ ਬੁਲੇਟਿਨ ਦੇ ਵਿੱਚ ਦੂਸਰੀ ਅਹਿਮ ਖਬਰ ਹੈ, ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਹੈ ਜਿਹੜੀ ਉਹ 21 ਸਤੰਬਰ ਤੱਕ ਵਧਾ ਦਿੱਤੀ ਹੈ। ਯਾਨੀ ਕਿ ਡੇਢ ਮਹੀਨੇ ਦੇ ਕਰੀਬ ਜਿਹੜੀ ਇਹ ਪਾਬੰਦੀ ਹੋਰ ਵਧਾ ਦਿੱਤੀ ਗਈ ਹੈ। ਇਹ ਪਾਬੰਦੀ 22 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਸਰਕਾਰ ਇਸ ਨੂੰ ਲਗਾਤਾਰ ਵਧਾਈ ਹੀ ਜਾ ਰਹੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਨੇ ਇਹ ਜਿਹੜਾ ਹੁਕਮ ਜਾਰੀ ਕੀਤਾ ਹੈ ਅਤੇ ਕਿਹਾ ਕਿ ਦੇਸ਼ ਦੇ ਜਿਹੜੇ ਸਿਹਤ ਵਿਭਾਗ ਦੇ ਵੱਲੋਂ ਜਿਹੜੀਆਂ ਹਦਾਇਤਾਂ ਮਿਲੀਆਂ ਨੇ ਉਸ ਕਰਕੇ ਹੀ ਇਹ ਨਵਾਂ ਫੈਸਲਾ ਜਿਹੜਾ ਲਿਆ ਗਿਆ ਹੈ। ਭਾਵੇਂ ਕਿ ਕਈ ਮੁਲਕਾਂ ਨੇ ਕੈਨੇਡਾ ਵਾਂਗ ਹਵਾਈ ਯਾਤਰਾ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਜ਼ਰੂਰ, ਪਰ ਇੰਗਲੈਂਡ, ਅਮੈਰੀਕਾ, ਸਪੇਨ, UAE ਨੇ ਹੁਣ ਇਸ ਜਿਹੜੀ ਪਾਬੰਦੀ ਨੂੰ ਹਟਾ ਲਿਆ। ਯਾਤਰਾ ਪਾਬੰਦੀਆਂ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਜ਼ਰੂਰ ਹਟਾ ਦਿੱਤੀਆਂ ਗਈਆਂ ਨੇ। ਅਮਰੀਕਾ, UK, ਜਰਮਨੀ ਅਤੇ ਨੀਦਰਲੈਂਡ ਨੇ ਵੀ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਯਾਤਰਾ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਹੈ ਅਤੇ ਭਵਿੱਖ ਵਿੱਚ ਹੋਰ ਮੁਲਕਾਂ ਦੇ ਨਾਲ ਵੀ ਉਡਾਣਾ ਸ਼ੁਰੂ ਕੀਤੇ ਜਾਣ ਦਾ ਜਿਹੜਾ ਦਾਅਵਾ ਕੀਤਾ ਹੈ। ਭਾਰਤ ਅਤੇ ਕੈਨੇਡਾ ਦੇ ਵਿਚਾਲੇ ਸਿੱਧੀਆਂ ਕਮਰਸ਼ੀਅਲ ਉਡਾਣਾਂ ਜਿਹੜੀਆਂ ਕੋਰੋਨਾ ਵਾਇਰਸ ਕਰਕੇ ਹੀ ਰੱਦ ਕੀਤੀਆਂ ਗਈਆਂ ਨੇ, ਪਰ ਜਿਹੜੀਆਂ ਮਿਲਟਰੀ ਉਡਾਣਾਂ ਨੇ, ਕਾਰਗੋ ਅਤੇ ਮੈਡੀਕਲ ਟਰਾਂਸਫਰ ਦੇ ਨਾਲ ਜੁੜੀਆਂ ਉਡਾਣਾਂ, ਉਹਨਾਂ 'ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਬਾਕੀ ਉਡਾਣਾਂ ਨੇ ਜਿਹੜੀਆਂ ਜਨਰਲ, ਜਿਨ੍ਹਾਂ ਦੇ ਵਿੱਚ ਆਮ ਲੋਕ ਜਾਂਦੇ ਨੇ ਅਤੇ ਸਫ਼ਰ ਕਰਦੇ ਨੇ, ਉਹ ਸਾਰੀਆਂ ਬੰਦ ਰਹਿਣਗੀਆਂ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਖਾਸ ਤੌਰ 'ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੁਝ ਦਿਨ ਪਹਿਲਾਂ ਦੀ ਹੀ ਘਟਨਾ ਹੈ, ਤੁਹਾਨੂੰ ਯਾਦ ਹੋਏਗੀ, ਰਣਜੀਤ ਸਾਗਰ ਡੈਮ ਦੇ ਵਿੱਚ ਇੱਕ ਜਿਹੜਾ ਹੈਲੀਕਾਪਟਰ ਡਿੱਗ ਗਿਆ ਸੀ ਸੈਨਾ ਦਾ, ਅਤੇ ਉਹਦੇ ਵਿੱਚ 2 ਜਿਹੜੇ ਪਾਇਲਟ ਮੌਜੂਦ ਸੀਗੇ, ਦੋਵੇਂ ਪਾਇਲਟ ਹਾਲੇ ਤੱਕ ਲਾਪਤਾ ਨੇ। ਥਲ ਸੈਨਾ ਨੇ ਇਹਨਾਂ ਲਾਪਤਾ ਪਾਇਲਟਾਂ ਦਾ ਪਤਾ ਲਾਉਣ ਦੇ ਲਈ ਅੰਤਰਰਾਸ਼ਟਰੀ ਮਦਦ ਮੰਗੀ ਹੈ, ਕੌਮਾਂਤਰੀ ਮਦਦ ਹੈ ਜਿਹੜੀ ਉਹ ਮੰਗੀ ਹੈ। ਪਾਇਲਟਾਂ ਨੂੰ ਲੱਭਣ ਦੀ ਕਾਰਵਾਈ 8ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਅੱਜ ਯਾਨੀ ਕਿ ਅੱਜ ਮੰਗਲਵਾਰ ਨੂੰ 8ਵਾਂ ਦਿਨ ਹੋ ਗਿਆ, ਪਰ ਹਾਲੇ ਵੀ ਪਾਇਲਟ ਨਹੀਂ ਲੱਭੇ। ਜ਼ਾਹਿਰ ਤੌਰ 'ਤੇ ਪਾਇਲਟ ਜਿਉਂਦੇ ਨਹੀਂ ਬਚੇ ਹੋਣਗੇ, ਪਰ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲ ਰਹੀਆਂ। ਜੰਮੂ ਦੇ ਵਿੱਚ ਥਲ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਦੇ ਮੁਤਾਬਿਕ, ਪਾਇਲਟਾਂ ਦਾ ਪਤਾ ਲਾਉਣ ਦੇ ਲਈ 60 ਵਰਗ ਮੀਟਰ ਦੇ ਖੇਤਰ ਦੀ ਪਛਾਣ ਪੜਤਾਲ ਕੀਤੀ ਗਈ ਹੈ। ਆਪਰੇਸ਼ਨ ਨੂੰ ਅੰਤਿਮ ਰੂਪ ਦੇਣ ਦੇ ਲਈ ਕੋਚੀ, ਕੇਰਲਾ ਤੋਂ ਵਿਸ਼ੇਸ਼ ਸੁਨਾਰ ਯੰਤਰਾਂ ਦੀ ਮਦਦ ਵੀ ਲਈ ਜਾ ਰਹੀ ਹੈ, ਪਰ ਹਾਲੇ ਤੱਕ ਲਾਪਤਾ ਪਾਇਲਟਾਂ ਦੀ ਕੋਈ ਵੀ ਉਹਨਾਂ ਦੀ ਜਿਹੜੀ ਪੜਤਾਲ ਨਹੀਂ ਹੋਈ ਹੈ, ਕੋਈ ਥਾਂ ਪਤਾ ਨਹੀਂ ਲੱਗਿਆ। ਇਹ ਬਿਆਨ ਉਸ ਵਕਤ ਆਇਆ ਜਦੋਂ ਲਾਪਤਾ ਪਾਇਲਟਾਂ ਦੇ ਵਿੱਚੋਂ ਇੱਕ ਪਾਇਲਟ ਦੇ ਭਰਾ ਨੇ ਦੋਸ਼ ਲਾਇਆ ਕਿ ਬਚਾਅ ਅਤੇ ਭਾਲ ਮੁਹਿੰਮ ਬੜੀ ਸੁਸਤੀ ਦੇ ਨਾਲ ਚੱਲ ਰਹੀ ਹੈ। ਆਪਾਂ ਸਮਝ ਸਕਦੇ ਹਾਂ ਉਹਨਾਂ ਪਰਿਵਾਰਾਂ ਦਾ ਵੀ ਦਰਦ, ਜਿਨ੍ਹਾਂ ਦੇ ਲਈ 8 ਦਿਨ, 8 ਸਾਲ ਨਹੀਂ, 80 ਸਾਲਾਂ ਵਰਗੇ ਲੱਗ ਰਹੇ ਹੋਣਗੇ। ਇੱਕ ਇੱਕ ਪਲ ਭਾਰੀ ਪੈ ਰਿਹਾ ਹੋਣਾ, ਕਿਉਂਕਿ ਉਡੀਕ ਕਰ ਰਹੇ ਹੋਣਗੇ ਕਿ ਹੁਣ ਵੀ ਉਹਨਾਂ ਦੇ ਬੱਚੇ ਮਿਲਣਗੇ, ਹੁਣ ਵੀ ਬੱਚੇ ਮਿਲਣਗੇ, ਪਰ ਹਾਲੇ ਤੱਕ ਪਾਇਲਟ ਲਾਪਤਾ ਨੇ। ਕਿਤੇ ਨਾ ਕਿਤੇ ਦਿਲ 'ਚ ਇਹ ਵੀ ਪਤਾ ਲੱਗ ਗਿਆ ਹੋਏਗਾ ਕਿ ਜੇ ਪਾਣੀ ਵਿੱਚ ਡਿੱਗੇ ਨੇ ਤਾਂ ਜਿਉਂਦੇ ਤਾਂ ਨਹੀਂ ਬਚੇ ਹੋਣਗੇ, ਕਮ ਸੇ ਕਮ ਲਾਸ਼ਾਂ ਹੀ ਮਿਲ ਜਾਣ।
ਕਰੋਨਾ ਵਾਇਰਸ ਤੋਂ ਬਾਅਦ ਲੱਗੇ ਲੋਕਡਾਊਨ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਕੂਲ ਨੇ ਜਿਹੜੇ ਬੰਦ ਕਰ ਦਿੱਤੇ ਗਏ ਸੀ। ਹੌਲੀ ਹੌਲੀ ਸਕੂਲਾਂ ਨੂੰ ਖੋਲ੍ਹਿਆ ਗਿਆ, ਪੰਜਾਬ ਦੇ ਵਿੱਚ ਵੀ ਪਿਛਲੇ ਦਿਨੀ ਸਕੂਲ ਖੋਲ੍ਹੇ ਗਏ ਨੇ, ਪਰ ਹੁਣ ਖਬਰ ਆ ਰਹੀ ਹੈ ਕਿ ਲੁਧਿਆਣਾ ਦੇ ਇੱਕ ਸਕੂਲ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਹੈ, 24 ਅਗਸਤ ਤੱਕ ਬੰਦ ਕਰ ਦਿੱਤਾ ਗਿਆ। ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਦੇ ਵਿੱਚ 8 ਬੱਚੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ, ਜਿਸ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਗਿਆ ਸਕੂਲ ਦੇ ਵਿੱਚ ਅਤੇ ਸਾਰੇ ਬੱਚੇ ਇੱਕੋ ਹੀ ਜਮਾਤ ਦੇ ਦੱਸੇ ਜਾ ਰਹੇ ਨੇ। 40 ਵਿਦਿਆਰਥੀਆਂ ਦੇ ਕੋਵਿਡ ਨਮੂਨੇ ਲਏ ਸੀ, ਜਿਨ੍ਹਾਂ ਵਿੱਚੋਂ 8 ਦੀ ਰਿਪੋਰਟ ਪੋਜ਼ਿਟਿਵ ਆਈ ਹੈ ਅਤੇ ਪ੍ਰਸ਼ਾਸਨ ਨੇ ਲੁਧਿਆਣਾ ਦੇ ਜੋਧੇਵਾਲਾ ਬਸਤੀ ਸਕੂਲ ਨੂੰ 24 ਅਗਸਤ ਤੱਕ ਲਈ ਬੰਦ ਕਰ ਦਿੱਤਾ ਹੈ। ਵਿਦਿਆਰਥੀਆਂ ਅਤੇ ਸਟਾਫ ਦਾ ਸਕੂਲ ਦੇ ਵਿੱਚ ਹੀ ਕਰੋਨਾ ਟੈਸਟ ਕੀਤੇ ਜਾਣ ਦਾ ਵੀ ਜਿਹੜਾ ਫੈਸਲਾ ਲਿਆ ਗਿਆ। ਭਾਰਤ ਦੇ ਵਿੱਚ ਹਰ ਸਾਲ 7 ਅਗਸਤ ਨੂੰ ਜੈਵਲਨ ਥਰੋ ਦਿਵਸ ਮਨਾਇਆ ਜਾਇਆ ਕਰੇਗਾ। ਇਸ ਦਾ ਐਲਾਨ ਹੈ ਜਿਹੜਾ ਉਹ ਫੈਡਰੇਸ਼ਨ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਕੀਤਾ ਹੈ ਅਤੇ ਨੀਰਜ ਚੋਪੜਾ ਦੇ ਸਨਮਾਨ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ। ਨੀਰਜ ਚੋਪੜਾ ਉਹੀ ਐਥਲੀਟ ਹੈਗੇ ਨੇ ਜਿਨ੍ਹਾਂ ਨੇ ਜੈਵਲਨ ਥਰੋ ਦੇ ਵਿੱਚ ਭਾਰਤ ਦੇ ਲਈ ਸੋਨ ਮੈਡਲ ਜਿੱਤਿਆ ਹੈ ਅਤੇ ਐਥਲੈਟਿਕਸ ਦੇ ਵਿੱਚ ਪਹਿਲੀ ਵਾਰੀ ਭਾਰਤ ਨੂੰ ਓਲੰਪਿਕਸ ਦੇ ਵਿੱਚੋਂ ਸੋਨਾ ਮਿਲਿਆ ਹੈ। ਸੋ ਇੱਕ ਖਾਸ ਤੌਰ 'ਤੇ ਉਹਨਾਂ ਦੇ ਸਨਮਾਨ ਦੇ ਵਿੱਚ ਐਥਲੈਟਿਕਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ। ਓਲੰਪਿਕਸ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਸ਼ਾਮਿਲ ਨੇ ਪਰ ਕ੍ਰਿਕਟ ਨਹੀਂ ਹੈ ਅਤੇ ਇਸ ਦੀ ਹੁਣ ਤਕਲੀਫ ਹੈ ਜਿਹੜੀ ਉਹ ਕ੍ਰਿਕਟ ਨੂੰ ਜ਼ਰੂਰ ਹੋਣ ਲੱਗੀ ਹੈ, ਕ੍ਰਿਕਟ ਖਿਡਾਰੀਆਂ ਨੂੰ ਅਤੇ ਕ੍ਰਿਕਟ ਦੀਆਂ ਫੈਡਰੇਸ਼ਨਾਂ ਨੂੰ ਜ਼ਰੂਰ ਹੋਣ ਲੱਗੀ ਹੈ, ਜਦੋਂ ਇਸ ਵਾਰ ਦੀਆਂ ਓਲੰਪਿਕਸ ਨੇ ਖਾਸ ਕਰਕੇ ਭਾਰਤ ਦੇ ਵਿੱਚ ਹਾਕੀ ਨੂੰ ਕਿਤੇ ਨਾ ਕਿਤੇ ਕ੍ਰਿਕਟ ਤੋਂ ਉੱਤੇ ਕਰ ਦਿੱਤਾ ਹੈ। ਹਾਕੀ ਕੌਮੀ ਖੇਡ ਹੈ, ਕ੍ਰਿਕਟ ਇੱਕ ਵਪਾਰਿਕ ਖੇਡ ਹੈ ਅਤੇ ਹੁਣ ਲਾਸ ਏਂਜਲਸ ਓਲੰਪਿਕਸ 2028 ਦੇ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦਾ ਦਾਅਵਾ ਕਰੇਗੀ ICC। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਸੀਂ ਲਾਸ ਏਂਜਲਸ ਦੇ ਵਿੱਚ 2028 ਦੇ ਵਿੱਚ ਓਲੰਪਿਕਸ ਖੇਡਾਂ ਦੇ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦਾ ਦਾਅਵਾ ਪੇਸ਼ ਕਰਾਂਗੇ। ICC ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਨੂੰ ਓਲੰਪਿਕਸ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਦਾਅਵੇ ਨੂੰ ਵਿਸ਼ਵ ਦੇ ਸਭ ਤੋਂ ਅਮੀਰ ਬੋਰਡ BCCI, ਜਿਸਨੂੰ ਕਿ ਭਾਰਤੀ ਕ੍ਰਿਕਟ ਬੋਰਡ ਕਿਹਾ ਜਾਂਦਾ, ਉਸਦਾ ਵੀ ਸਮਰਥਨ ਹਾਸਲ ਹੈ। ਸੋ ਦੇਖਣਾ ਹੋਏਗਾ ਕਿ 2028 ਦੇ ਵਿੱਚ ਓਲੰਪਿਕਸ ਦੇ ਵਿੱਚ ਕ੍ਰਿਕਟ ਵੀ ਸ਼ਾਮਿਲ ਹੋਏਗਾ ਜਾਂ ਫਿਰ ਨਹੀਂ। ਸੰਸਦ ਮੈਂਬਰਾਂ ਜਾਂ ਵਿਧਾਇਕਾਂ ਦੇ ਖਿਲਾਫ ਜੇ ਅਪਰਾਧਿਕ ਮਾਮਲਾ ਦਰਜ ਹੋ ਜਾਂਦਾ ਹੈ ਤਾਂ ਉਹ ਵਾਪਸ ਨਹੀਂ ਲਿਆ ਜਾ ਸਕਦਾ ਹਾਈ ਕੋਰਟਾਂ ਦੀ ਇਜਾਜ਼ਤ ਤੋਂ ਬਿਨਾਂ। ਇਹ ਸਖ਼ਤ ਹੁਕਮ ਜਿਹੜਾ ਹੈ ਸੁਪਰੀਮ ਕੋਰਟ ਨੇ ਸੁਣਾਇਆ ਹੈ। ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੰਸਦ ਜਾਂ ਵਿਧਾਇਕਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਜਿਨ੍ਹਾਂ ਦੇ ਵਿਰੁੱਧ ਦਰਜ ਨੇ ਉਹਨਾਂ ਨੂੰ ਹਾਈ ਕੋਰਟਾਂ ਦੀ ਆਗਿਆ ਤੋਂ ਬਿਨਾਂ ਇਸਤਗਾਸਾ ਧਿਰ ਵੱਲੋਂ ਵਾਪਸ ਨਹੀਂ ਲਿਆ ਜਾ ਸਕਦਾ। ਸਰਵਉੱਚ ਅਦਾਲਤ ਨੇ ਕਿਹਾ ਕਿ ਕਾਨੂੰਨ ਬਣਾਉਣ ਵਾਲਿਆਂ ਦੇ ਵਿਰੁੱਧ ਮਾਮਲਿਆਂ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜਾਂ ਨੂੰ ਬਦਲਿਆ ਨਹੀਂ ਜਾਵੇਗਾ। ਇਸ ਦੌਰਾਨ ਸਰਵਉੱਚ ਅਦਾਲਤ ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ ਲਟਕ ਰਹੇ ਅਤੇ ਨਿਬੇੜੇ ਗਏ ਕੇਸਾਂ ਬਾਰੇ ਹਾਈ ਕੋਰਟਾਂ ਦੇ ਰਜਿਸਟਰਾਰ ਜਨਰਲਾਂ ਦੇ ਪਾਸੋਂ ਜਾਣਕਾਰੀ ਮੰਗੀ ਹੈ। ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਹੁਕਮ ਹੈ ਜਿਹੜਾ ਉਹ ਤਾਂ ਬਹੁਤ ਵੱਡਾ ਸੁਣਾਇਆ ਕਿ ਜੇ ਕਿਸੇ ਨੇ ਵੀ ਭਾਰਤ ਦੇ ਵਿੱਚ ਕਿਸੇ ਵੀ ਵਿਅਕਤੀ ਨੇ, ਕਿਸੇ ਵੀ ਇਨਸਾਨ ਨੇ ਕਿਸੇ MLA ਜਾਂ ਫਿਰ MP ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਹੋਇਆ ਤਾਂ ਉਹ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਵਾਪਸ ਹੀ ਨਹੀਂ ਲਿਆ ਜਾ ਸਕਦਾ, ਚਾਹੇ ਦੋਵਾਂ ਧਿਰਾਂ ਦੇ ਵਿਚਾਲੇ ਸਮਝੌਤਾ ਕਿਉਂ ਨਾ ਹੋ ਜਾਵੇ। ਪਰ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਨੂੰ ਕੀ ਸਾਰੇ ਮੁਲਕ ਦੇ ਵਿੱਚ ਮੰਨਿਆ ਜਾਵੇਗਾ? ਕਿਉਂਕਿ ਜਦੋਂ ਇਸ ਮੁਲਕ ਦੇ ਵਿੱਚ ਦਬਦਬਾ ਹੀ ਪੋਲੀਟੀਸ਼ੀਅਨਸ ਦਾ ਹੈ, ਚਾਹੇ ਜਿੰਨੇ ਮਰਜ਼ੀ ਪੜ੍ਹ ਕੇ ਤੁਸੀਂ ਅਫਸਰ ਬਣ ਜਾਓ, ਪਰ ਚੱਲਦੀ ਇਹਨਾਂ ਲੀਡਰਾਂ ਦੀ ਹੀ ਹੁੰਦੀ ਹੈ। ਸੋ ਇੱਥੇ ਇਸ ਕੇਸ ਦੇ ਵਿੱਚ ਵੀ ਕੀ ਮੰਨੀ ਜਾਵੇਗੀ ਸੁਪਰੀਮ ਕੋਰਟ ਦੀ, ਇਹ ਵੀ ਵੱਡਾ ਸਵਾਲ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਜਾਂਦੇ ਜਾਂਦੇ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਈਏ, ਸਰਕਾਰ ਦਾ ਕਬੂਲਨਾਮਾ, ਮੋਦੀ ਸਰਕਾਰ ਦਾ ਕਬੂਲਨਾਮਾ ਹੈ ਬਿਲਕੁਲ ਕਿ ਈ ਕਾਮਰਸ ਕੰਪਨੀਆਂ ਦੇ ਕਾਰਨ ਛੋਟੇ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਹੈ, ਇਹ ਭਾਰਤੀ ਸੰਸਦ ਦੇ ਵਿੱਚ ਸਰਕਾਰ ਨੇ ਖੁਦ ਮੰਨਿਆ ਹੈ। ਸਰਕਾਰ ਨੇ ਮੰਨਿਆ ਹੈ ਕਿ ਛੋਟੇ ਅਤੇ ਪ੍ਰਚੂਨ ਵਪਾਰੀਆਂ ਨੂੰ ਦੇਸ਼ ਦੀਆਂ ਵੱਡੀਆਂ ਕੰਪਨੀਆਂ ਖਾ ਰਹੀਆਂ ਨੇ, ਵੱਡੀਆਂ ਈ ਕਾਮਰਸ ਕੰਪਨੀਆਂ ਦੇ ਕਾਰਨ ਇਹਨਾਂ ਛੋਟੇ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਕੇਂਦਰ ਸਰਕਾਰ ਖਪਤਕਾਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ, ਇਹਦੇ ਲਈ ਨਿਯਮਾਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ, ਇਹ ਕਹਿਣਾ ਹੈ ਮੋਦੀ ਸਰਕਾਰ ਦਾ। ਖਪਤਕਾਰ ਸੁਰੱਖਿਆ ਨਿਯਮਾਂ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੰਦਿਆਂ ਵਣਜ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਤਰਜ਼ 'ਤੇ ਈ ਕਾਮਰਸ ਕੰਪਨੀਆਂ ਦੇ ਵਿੱਚ ਸ਼ਿਕਾਇਤ ਅਧਿਕਾਰੀ ਬਣਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਦੋ ਖਬਰਾਂ ਹੋਰ ਆ ਗਈਆਂ ਨੇ, ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਸਰਕਾਰ ਨੇ 8,50,000 ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਬੀਮਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਜੇ ਫਾਰਮ ਅਤੇ ਗੰਨਾ ਤੋਲ ਪਰਚੀ ਵਾਲੇ ਸਾਰੇ ਕਿਸਾਨ ਮੰਡੀ ਬੋਰਡ ਦੇ ਪੋਰਟਲ ਈ ਮੰਡੀਕਰਨ
thekhalas.info/pb.in ਦੇ ਉੱਤੇ ਜਿਹੜੇ ਆਪਣੇ ਦਸਤਾਵੇਜ਼ ਨੇ ਉਹ ਅਪਲੋਡ ਕਰਕੇ ਸੌਖਿਆਂ ਹੀ ਅਪਲਾਈ ਕਰ ਸਕਦੇ ਨੇ ਇਸ ਸਿਹਤ ਬੀਮਾ ਯੋਜਨਾ ਦੇ ਲਈ। ਇੱਕ ਹੋਰ ਖਬਰ ਯਾਤਰਾ ਦੇ ਨਾਲ ਜੁੜੀ ਹੋਈ ਹੈ। 16 ਅਗਸਤ ਤੋਂ ਅੰਮ੍ਰਿਤਸਰ ਤੋਂ ਲੰਡਨ ਦੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ। ਜੇ ਤੁਹਾਨੂੰ ਪਤਾ ਹੋਵੇ ਤਾਂ ਅੰਮ੍ਰਿਤਸਰ ਤੋਂ ਲੰਡਨ ਦਾ ਜਿਹੜਾ ਜਾਂ ਆਪਾਂ ਕਹਿ ਲਈਏ ਕਿ ਦਿੱਲੀ ਤੋਂ ਲੰਡਨ ਤੱਕ ਦਾ ਜਿਹੜਾ ਸਫ਼ਰ ਹੈ ਉਹ ਕਾਫ਼ੀ ਘੱਟ ਹੈ। ਛੋਟੀ ਫਲਾਈਟ ਹੈ 4 ਤੋਂ 5 ਘੰਟਿਆਂ ਦੇ ਵਿੱਚ, ਜਾਂ ਕਈ ਫਲਾਈਟਾਂ ਨੇ ਜਿਹੜੀਆਂ ਉਹ 5 ਤੋਂ 6 ਘੰਟਿਆਂ ਦੇ ਵਿੱਚ ਪਹੁੰਚਾ ਦਿੰਦੀਆਂ ਨੇ। ਅਤੇ ਹੁਣ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੱਕ ਏਅਰ ਇੰਡੀਆ ਦੇ ਜਹਾਜ਼ ਉੱਡਣਗੇ। 16 ਅਗਸਤ ਤੋਂ ਪਹਿਲੀ ਫਲਾਈਟ ਹੈ ਜਿਹੜੀ ਉਹ ਸ਼ੁਰੂ ਹੋਵੇਗੀ। ਅਤੇ ਬੁਕਿੰਗ ਹੈ ਜਿਹੜੀ ਏਅਰ ਇੰਡੀਆ ਦੀ ਵੈਬਸਾਈਟ 'ਤੇ ਤੁਸੀਂ ਦੇਖ ਵੀ ਸਕਦੇ ਹੋ। ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਹਰ ਸੋਮਵਾਰ ਦੁਪਹਿਰੇ 12:30 ਵਜੇ ਉਡਾਣ ਭਰੇਗੀ ਅੰਮ੍ਰਿਤਸਰ ਨੂੰ। ਮੰਗਲਵਾਰ ਰਾਤ ਨੂੰ 1:10 'ਤੇ ਅੰਮ੍ਰਿਤਸਰ ਪਹੁੰਚੇਗੀ ਅਤੇ ਮੰਗਲਵਾਰ ਸਵੇਰੇ 3:10 'ਤੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 'ਤੇ ਇਹ ਲੰਡਨ ਪਹੁੰਚੇਗੀ। ਸੋ ਅੰਮ੍ਰਿਤਸਰ ਤੋਂ ਲੰਡਨ ਦਾ ਜਿਹੜਾ ਸਫ਼ਰ ਹੈਗਾ ਉਹ ਕਾਫ਼ੀ ਭਾਵੇਂ ਲੰਬਾ ਪਰ ਸਿੱਧੀ ਉਡਾਣ ਹੋਏਗੀ, ਜਿਹਦੇ ਨਾਲ ਖਾਸ ਕਰਕੇ ਪੰਜਾਬੀਆਂ ਨੂੰ ਕਾਫ਼ੀ ਸੌਖਾ ਹੋਵੇਗਾ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਇੰਗਲੈਂਡ ਦੇ ਵਿੱਚ ਰਹਿੰਦੇ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।